ਜਲੰਧਰ ਜ਼ਿਮਨੀ ਚੋਣਾਂ 'ਚ ਮਾਹੌਲ ਕਾਫੀ ਪੱਖਿਆ ਹੋਇਆ, ਕਿਉਂਕਿ ਕਹਿ ਸਕਦੇ ਕਿ ਹੁਣ ਇਹ ਉਮੀਦਵਾਰਾਂ ਦਾ ਜਿਹੜਾ ਕੀ ਹੈ ਚੁਣਾਵ ਨਹੀਂ ਰਹਿ ਗਿਆ ਬਲਕਿ ਪਾਰਟੀਆਂ ਦਾ ਚੁਣਾਵ ਬਣ ਚੁੱਕਿਆ, ਕਿਉਂਕਿ ਇੱਥੇ ਤੁਹਾਨੂੰ ਕੇਂਦਰੀ ਮੰਤਰੀ ਦੇਖਣ ਨੂੰ ਮਿਲਦੇ ਪਏ, ਇੱਥੇ ਕੈਬਨਿਟ ਮੰਤਰੀ ਦੇਖਣ ਨੂੰ ਮਿਲਦੇ ਪਏ, ਇੱਥੇ ਐਮ ਪੀ ਮਿਲਦੇ ਪਏ ਨੇ, ਵੱਡੇ ਵੱਡੇ ਲੀਡਰ ਦੇਖਣ ਨੂੰ ਮਿਲਦੇ ਪਏ। ਸਾਡੇ ਨਾਲ ਪਵਨ ਕੁਮਾਰ ਟਿੰਨੂ ਜੁੜੇ। ਪਵਨ ਜੀ, ਪਹਿਲਾਂ ਤਾਂ ਸਵਾਗਤ ਹੈ ਨਿਊਜ਼ 18 ਪੰਜਾਬ। ਥੈਂਕ ਯੂ ਜੀ ਰਾਘਵ ਜੀ, ਥੈਂਕ ਯੂ। ਪਵਨ ਜੀ, ਜਿਸ ਤਰ੍ਹਾਂ ਗੱਲ ਕੀਤੀ ਕਿ ਹੁਣ ਉਮੀਦਵਾਰਾਂ ਦਾ ਮੁਕਾਬਲਾ ਨਹੀਂ ਲੱਗ ਰਿਹਾ, ਕਿ ਹੁਣ ਇਹ ਪਾਰਟੀ ਵਰਸਿਸ ਪਾਰਟੀ ਬਣ ਚੁੱਕਿਆ, ਜੇ ਸੀ ਐਮ ਸਾਹਿਬ ਆ ਚੁੱਕੇ ਹੋਏ ਰਹਿਣ ਵਾਸਤੇ, ਦੂਜੇ ਵਾਸਤੇ ਰਾਜਾ ਵੜਿੰਗ ਵੀ ਆਪਣੀ ਘਰ ਦੀ ਨਾਲ ਪ੍ਰਚਾਰ ਕਰਦਾ ਹੋਇਆ ਨਜ਼ਰ ਆ ਰਿਹਾ, ਕਿਵੇਂ ਲੱਗ ਰਿਹਾ ਮਾਹੌਲ ਤੁਹਾਨੂੰ? ਦੇਖੋ, ਇਹ ਮੁਕਾਬਲਾ ਕੰਮ ਕਰਨ ਵਾਲਿਆਂ ਤੇ ਨਿਕੰਮਿਆਂ ਦੇ ਵਿੱਚ ਹੈ। ਨਿਕੰਮੇ ਕੁਝ ਚਲੇ ਗਏ ਤੇ ਕੁਝ ਕਾਂਗਰਸ ਦੇ ਮੈਦਾਨ ਵਿੱਚ, ਉਹਨਾਂ ਨੂੰ ਲੋਕ ਭੇਜ ਦੇਣਗੇ, ਕਿਉਂਕਿ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਕੌਰ ਜੀ ਪਹਿਲਾਂ ਤਾਂ ਗੈਰ ਹਾਜ਼ਰ ਰਹੇ ਹਲਕੇ 'ਚੋਂ, ਸੀਨੀਅਰ ਡਿਪਟੀ ਮੇਅਰ ਰਹੇ, ਦੱਸਣ ਆਪਣੀ ਕੋਈ ਪ੍ਰਾਪਤੀ, ਕੰਮ ਦੱਸਣ। ਪੰਜ ਸਾਲ ਸੀਨੀਅਰ ਡਿਪਟੀ ਮੇਅਰ, ਨੰਬਰ 2 ਪੋਜੀਸ਼ਨ ਕਾਰਪੋਰੇਸ਼ਨ ਦੇ ਅੰਦਰ, ਸਾਰੇ ਫੰਡਸ ਉਹਨਾਂ ਦੇ ਥੰਬ ਦੇ, ਉਹਨਾਂ ਦੇ ਪੈਨ ਦੇ ਥੱਲੇ ਹੁੰਦੇ ਸੀ। ਉਹਨਾਂ ਨੇ ਇਸ ਵੈਸਟ ਹਲਕੇ ਲਈ ਕੀ ਕੀਤਾ? ਕੁਝ ਨਹੀਂ ਕੀਤਾ। ਪਾਣੀ ਦੇ ਪ੍ਰਬੰਧ ਨਹੀਂ ਕੀਤੇ, ਪਾਰਕਾਂ ਦੇ ਪ੍ਰਬੰਧ ਨਹੀਂ ਕੀਤੇ, ਕੋਈ ਸੀਵਰੇਜ ਦਾ, ਕੋਈ ਲਾਈਟਾਂ ਦਾ, ਸੜਕਾਂ ਗਲੀਆਂ ਦਾ ਕੰਮ ਉੱਥੇ ਹੀ ਪਿਆ। ਸਮਾਰਟ ਸਿਟੀ ਪ੍ਰੋਜੈਕਟ ਦਾ ਘਪਲਾ ਹੋਇਆ, ਬੋਲੇ ਤੱਕ ਨਹੀਂ ਮੂੰਹ 'ਚੋਂ, ਜ਼ਿੰਮੇਵਾਰ ਤਾਂ ਫਿਰ ਉਹ ਵੀ ਹੋਏ ਨਾਲ ਹੁਣ। ਸੋ ਇਸ ਕਰਕੇ ਬਾਹਰਲੇ ਮੰਤਰੀ ਕੇਂਦਰ ਦੇ ਆਉਣਗੇ, ਇੱਥੇ 4-5 ਦਿਨ ਆਪਣੀ ਪਿਕਨਿਕ ਮਨਾਉਣਗੇ, ਚਲੇ ਜਾਣਗੇ। ਮੁੜ ਕੇ ਕੌਣ ਕੋਈ ਮਿਲਣ ਜਾਣਾ ਰਾਜੇ ਵੜਿੰਗ ਨੂੰ, ਕਿੰਨੇ ਮਿਲਣ ਜਾਣਾ ਕੇਂਦਰੀ ਵਜ਼ੀਰ ਨੂੰ, ਜਿਹੜਾ ਸੀਵਰੇਜ ਦਾ ਕੰਮ ਹੈ, ਹੁਣ ਤਾਂ ਵਿਚਾਰੇ ਨੇ ਕਾਰਪੋਰੇਸ਼ਨ ਨਹੀਂ ਜਾਣਾ, ਹੁਣ ਤਾਂ ਮੁੜ ਕੇ ਆਪਣੇ MLA ਸਾਹਿਬ ਕੋਲ ਹੀ ਜਾਣਾ। ਸਰ, ਜਿੱਦਾਂ ਤੁਸੀਂ ਗੱਲ ਕੀਤੀ ਕਿ ਜਿਹੜਾ ਘਪਲਾ ਹੋਇਆ ਸੀਗਾ ਸਮਾਰਟ ਸਿਟੀ ਪ੍ਰੋਜੈਕਟ 'ਚ, ਅਤੇ ਜਾਖੜ ਸਾਹਿਬ ਨੇ ਸਵਾਲ ਚੁੱਕੇ ਸੀ, ਕਹਿੰਦੇ ਆਮ ਆਦਮੀ ਪਾਰਟੀ ਸਰਕਾਰ ਨਾਲ 2.5 ਸਾਲ ਹੋ ਗਏ, ਚੋਣਾਂ ਦੇ ਵੇਲੇ ਕਿਉਂ ਗੱਲ ਨੂੰ ਹਾਈਲਾਈਟ ਕੀਤਾ ਜਾ ਰਿਹਾ ਵਾ, ਪਹਿਲਾਂ ਕਿਉਂ ਨਹੀਂ, ਕਿਉਂ ਇੱਥੇ ਜਾਂਚ ਕੀਤੀ ਗਈ? ਬਹੁਤ ਵਧੀਆ ਗੱਲ ਆ। ਦੇਖੋ, ਇਹ 993 ਕਰੋੜ ਰੁਪਈਆ ਕੇਂਦਰੀ ਫੰਡ ਸੀ ਅਤੇ ਸਮਾਰਟ ਸਿਟੀ ਪ੍ਰੋਜੈਕਟ ਲਿਮਿਟਡ ਕੰਪਨੀ ਨੂੰ ਉਹਦਾ ਕੰਮ ਦਿੱਤਾ ਗਿਆ ਸੀ, ਅਤੇ ਇੱਕ ਬੜੇ ਵੱਡੇ ਅਫਸਰ ਕਰਨੇ ਸ਼ਰਮਾ ਨੂੰ ਉਹਨਾਂ ਦਾ CEO ਲਾਇਆ ਗਿਆ ਸੀ, ਅਤੇ ਕਾਂਗਰਸ ਦੇ ਲਗਭਗ 4 ਉਸ ਵੇਲੇ ਦੇ ਵਿਧਾਇਕ ਜਿਹੜੇ ਇਹਦੇ ਵਿੱਚ ਸ਼ਾਮਲ ਹੈ ਵਿੱਚ, ਇਹਦੇ 600 ਕਰੋੜ ਦੇ ਲਗਭਗ ਘਪਲਾ ਹੋਇਆ, ਸਾਰਾ ਮਾਲ ਹਜ਼ਮ ਕਰ ਗਿਆ। ਅਤੇ BJP ਪਿਛਲੀ ਜ਼ਿਮਨੀ ਚੋਣ 2023 'ਚ ਵੀ ਇਹ ਗੱਲ ਕਹਿ ਗਈ ਕਿ ਅਸੀਂ ਇਹਦੀ ਚਿੱਠੀ ਲਿਖ ਰਹੇ ਹਾਂ ਕੇਂਦਰ ਨੂੰ ਕਿ ਸਮਾਰਟ ਸਿਟੀ ਪ੍ਰੋਜੈਕਟ ਦੀ ਘਪਲੇ ਦੀ ਜਾਂਚ ਹੋਏਗੀ। ਉਸ ਵੇਲੇ ਇੱਕ ਰਾਜਸਥਾਨ ਤੋਂ ਮੰਤਰੀ ਸੀ ਜਿਹੜੇ ਇੱਥੇ ਡਿਊਟੀ 'ਤੇ ਲੱਗੇ ਸੀ, ਉਹ ਚਿੱਠੀ ਲਿਖ ਕੇ ਚਲੇ ਗਏ। ਫਿਰ ਆ ਗਈ ਹੁਣ ਜਨਰਲ ਚੋਣ 2024 ਦੀ, ਫਿਰ ਉਹਨਾਂ ਨੇ ਉਹਨਾਂ ਨੂੰ ਬਦਲ ਕੇ ਇੱਕ ਹੋਰ ਨਵੇਂ ਕੇਂਦਰ ਦੇ ਮੰਤਰੀ ਭੇਜਤੇ, ਜਿਨ੍ਹਾਂ ਦਾ ਨਾਂ ਸੀ ਅਨੁਰਾਗ ਠਾਕੁਰ। ਫਿਰ ਉਹ ਵੀ ਆਣ ਕੇ ਇੱਥੇ ਪ੍ਰੈਸ ਕਾਨਫਰੰਸ ਕਰਕੇ ਕਹਿ ਗਏ ਕਿ ਕੇਂਦਰ ਸਰਕਾਰ ਸਮਾਰਟ ਸਿਟੀ ਪ੍ਰੋਜੈਕਟ ਘਪਲੇ ਦੀ ਜਾਂਚ ਕਰੇਗੀ। ਉਹ ਵੀ ਇੱਥੋਂ ਆ ਕੇ ਆਪਣੇ ਐਡਰੈਸ ਤੇ ਦਿੱਲੀ 'ਚ ਚਿੱਠੀ ਪਾ ਗਏ, ਪੋਸਟ ਕਰ ਗਏ। ਹੁਣ ਆ ਗਈ ਜ਼ਿਮਨੀ ਚੋਣ। ਹੁਣ ਜ਼ਿਮਨੀ ਚੋਣ 'ਚ ਫਿਰ ਇਹੀ ਗੱਲ ਕਹੀ ਜਾਂਦੇ ਆ, ਉਹ ਬਈ ਜੂਰੀਡਿਕਸ਼ਨ ਤਾਂ ਤੁਹਾਡੀ ਬਣਦੀ ਹੈ, ਤੁਹਾਡਾ ਕਾਰਯ ਖੇਤਰ ਹੈ, ਤੁਸੀਂ ਕੰਮ ਕਰਨਾ ਹੈ, ਤੁਸੀਂ ਕਿਉਂ ਚੁੱਪ ਆ? ਪਤਾ ਕਿਉਂ ਚੁੱਪ ਹੈ? ਕਿਉਂਕਿ ਉਸ ਵੇਲੇ ਇੱਕ ਕਾਂਗਰਸ ਦੇ ਜਲੰਧਰ ਵੈਸਟ ਦੇ MLA ਵੀ ਇਹਦੇ ਵਿੱਚ ਸੀ, ਉਹ ਹੁਣ ਕਾਂਗਰਸ ਤੋਂ BJP 'ਚ ਚਲੇ ਗਿਆ। ਇਸ ਕਰਕੇ ਹੁਣ ਜਾਖੜ ਸਾਹਿਬ ਨੂੰ ਤਾਂ BJP ਨੂੰ ਚੁੱਪ 'ਤੇ ਰਹਿਣਾ ਹੀ ਪੈਣਾ, ਇਹ ਮਜਬੂਰੀ ਹੈ। ਅਤੇ ਜਿਹੜੇ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਨ੍ਹਾਂ ਨੇ ਕੰਮ ਕੋਈ ਨਹੀਂ ਕੀਤਾ ਵੈਸਟ ਦਾ, ਉਹ ਵੀ BJP 'ਚ ਚਲੇ ਗਏ। ਸੋ ਕਈ ਚੀਜ਼ਾਂ ਤਾਂ ਹੈਗੀਆਂ, ਲੋਕ ਜਾਣਦੇ ਸਾਰਾ ਕੁਛ।
ਪਰ ਚਲੋ ਇਹ ਤਾਂ ਗੱਲ ਹੈਗੀ ਚਲੇ ਗਏ, ਪਰ ਉਹ ਵੀ ਰਹੇ ਹੈਗੇ ਆ, ਲੱਗਦਾ ਕਿ ਨਸ਼ੇ ਦਾ ਮੁੱਦੇ ਠਾਲਣੀ ਪਈ ਹੈਗੀ। ਅੱਜ ਵੀ ਜਿਹੜੀ ਕਿ ਬੀਬਿੰਦਰ ਕੌਰ ਹੋਣੀ ਥਾਣੇ ਪਹੁੰਚੀ ਹੋਈ ਸੀ, ਕਹਿੰਦੀ ਇੰਜੈਕਸ਼ਨ ਵਗੈਰਾ ਬਹੁਤ ਪਈ, ਹੋਰ ਚੀਜ਼ਾਂ ਬਹੁਤ ਪਈਆਂ। ਦੇਖੋ ਮੈਨੂੰ ਹੁਣੇ ਕਿਸੇ ਨੇ ਕਿਹਾ ਸੀ ਵੀ ਬੀਬੀ ਸੁਰਿੰਦਰ ਕੌਰ ਜੀ ਇਲਾਕੇ 'ਚ ਜਾ ਰਹੇ ਆ, ਅਤੇ ਇਲਾਕੇ ਵਾਲੇ ਕਹਿੰਦੇ ਅਸੀਂ ਪਹਿਲੀ ਵਾਰੀ ਦਰਸ਼ਨ ਕਰ ਰਹੇ ਹਾਂ ਉਹਨਾਂ ਦੇ। ਉਹ ਜਦੋਂ ਸੀਨੀਅਰ ਡਿਪਟੀ ਮੇਅਰ ਰਹੇ 5 ਸਾਲ, ਉਦੋਂ ਕਿਸੇ ਬਸਤੀ 'ਚ ਕਿਸੇ ਇਲਾਕੇ 'ਚ ਨਹੀਂ। ਮੈਂ ਜੋ ਕਹੂੰਗੇ ਮੈਂ ਦੇਣਾ, ਜੇ ਕਦੀ 5 ਸਾਲ ਉਹ ਆਪਣੇ ਘਰੋਂ ਨਿਕਲੇ ਹੋਣ ਜੱਲੋਵਾਲ ਮਹੱਲੇ ਤੋਂ ਇਲਾਵਾ, ਨਾ ਉਹ ਬਸਤੀਆਂ 'ਚ ਗਏ ਜਾਂ ਨਾ ਬਸਤੀ ਨੌ, ਨਾ ਸ਼ੇਖ 'ਚ, ਨਾ ਉਹ ਗੁਜਾਂ ਗਏ, ਨਾ ਗਣੇਸ਼ ਨਗਰ ਗਏ, ਨਾ ਦਿਲਬਾਗ ਨਗਰ ਗਏ, ਨਾ ਬਸਤੀ ਦਾਨਸ਼ਵੰਦਾ ਗਏ, ਨਾ ਰਸੀਲਾ ਨਗਰ ਗਏ, ਨਾ ਘਾਹ ਮੰਡੀ ਗਏ, ਨਾ ਕੋਟ ਮਹੱਲੇ ਗਏ, ਨਾ ਕਰਤਾਰ ਨਗਰ ਗਏ, ਨਾ ਨਿਊ ਕਰਤਾਰ ਨਗਰ, ਮਾਡਲ ਹਾਊਸ, ਅਵਤਾਰ ਨਗਰ, ਨਾ ਉਹ ਕਿਸੇ ਹੋਰ ਭਾਰਗੋ ਕੈਂਪ 'ਚ, ਆਵਾਦਪੁਰੇ 'ਚ, ਕਿਤੇ ਨਹੀਂ ਗਏ ਉਹ। ਜਾ ਕੇ ਪੁੱਛ ਲਓ ਜੇ ਕਿਸੇ ਮਹੱਲੇ 'ਚ ਵੀ ਬੀਬੀ ਸੁਰਿੰਦਰ ਕੌਰ ਜੀ ਵੜੇ ਹੋਣ, ਹੁਣ ਵੋਟਾਂ 'ਚ ਥਾਣੇ 'ਚ ਜਾਣ ਅਤੇ ਮਹੱਲਿਆਂ 'ਚ ਜਾਣ, ਹੁਣ ਲੋਕ ਸਭ ਜਾਣਦੇ ਆ ਕਿ ਵੋਟਾਂ ਲੈਣ ਵਾਸਤੇ। ਪਹਿਲਾਂ ਕਿਉਂ ਕਰ ਰਿਹਾ ਜਾ ਰਿਹਾ, ਉਹਨਾਂ ਦੇ ਤਾਂ ਦਫ਼ਤਰ ਨੂੰ 5 ਸਾਲ ਤਾਲਾ ਲੱਗਾ ਰਿਹਾ। ਸਮਾਰਟ ਸਿਟੀ ਪ੍ਰੋਜੈਕਟ ਦਾ ਕਪੜਾ ਹੋਇਆ, ਬੀਬੀ ਸੁਰਿੰਦਰ ਕੌਰ ਜੀ ਕਿਉਂ ਨਹੀਂ ਬੋਲੇ? ਕੀ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ? ਸੀਨੀਅਰ ਡਿਪਟੀ ਮੇਅਰ ਸੀ, ਵੋਟਾਂ ਲੈਣ ਲਈ ਤਾਂ ਭਾਈ ਹੁਣ ਥਾਣੇ ਵੀ ਚਲ ਜਾਣਗੇ। 5 ਸਾਲ ਤਾਂ ਰਾਘਵ ਜੀ ਉਹ ਕਦੀ ਕਿਸੇ ਦੁੱਖ ਸੁੱਖ 'ਚ ਸ਼ਾਮਿਲ ਨਹੀਂ ਹੋਏ, ਪੁੱਛ ਕੇ ਦੇਖ ਲਓ। ਨਹੀਂ ਪਰ ਅਸੀਂ ਨਾ ਜਵਾਬ ਲਿੱਤਾ ਸੀਗਾ ਜਦੋਂ PC ਹੋਈ ਸੀ, ਜੋ ਸਵਾਲ ਖੜੇ ਹੋਏ ਸੀ, ਕਹਿੰਦੇ ਮੈਨੂੰ ਇਹਨਾਂ ਨੂੰ ਦੱਸਣ ਦੀ ਲੋੜ ਨਹੀਂ, ਮੇਰਾ ਦਫ਼ਤਰ ਖੁੱਲ੍ਹਾ ਹੁੰਦਾ ਸੀਗਾ, ਸਾਰੀ ਮੀਟਿੰਗਾਂ ਮੇਰੇ ਦਫ਼ਤਰ 'ਚ ਹੁੰਦੀ ਸੀ, ਆਮ ਲੋਕਾਂ ਦੇ ਮਸਲੇ ਮੇਰੇ ਦਫ਼ਤਰ 'ਚ ਬਹਿ ਕੇ ਹੱਲ ਹੋਏ ਆ, ਮੇਰਾ ਪੈਨ ਚੱਲਦਾ ਸੀ ਤਾਂ ਲੋਕਾਂ ਦੇ ਮਸਲੇ ਹੱਲ ਹੁੰਦੇ ਰਹਿੰਦੇ ਸੀ। ਦੇਖੋ ਜਵਾਬ ਤਾਂ ਦੇਣਗੇ, ਪਰ ਤੁਸੀਂ ਜਿਹੜੇ 23 ਕੌਂਸਲਰ ਆ ਨਾ, ਜਿਹੜੇ ਹੁਣ ਐਕਸ ਕੌਂਸਲਰ ਆ, ਚਾਹੇ ਉਹ ਅਲੱਗ ਅਲੱਗ ਪਾਰਟੀਆਂ ਦੇ, ਤੁਸੀਂ ਪੁੱਛੋ ਉਹਨਾਂ 13-23 ਕੌਂਸਲਰਾਂ ਨੂੰ ਵੀ ਕਦੀ ਤੁਹਾਨੂੰ ਬੀਬੀ ਸੁਰਿੰਦਰ ਕੌਰ ਜੀ ਮਿਲੇ ਸੀ ਦਫ਼ਤਰ 'ਚ? ਉਹਦੇ ਵਿੱਚ ਕਾਂਗਰਸ ਦੇ ਕੌਂਸਲਰ ਵੀ ਆ। ਕਦੀ ਉਹਨਾਂ ਨੂੰ ਪੁੱਛੋ ਵੀ ਕਦੀ ਤੁਹਾਡੀਆਂ ਵਾਰਡਾਂ 'ਚ ਬੀਬੀ ਸੁਰਿੰਦਰ ਕੌਰ ਜੀ ਬਤੌਰ ਸੀਨੀਅਰ ਡਿਪਟੀ ਮੇਅਰ ਆਏ ਆ? ਕਦੀ ਵੀ ਨਹੀਂ ਆਏ। ਇਹ ਹੁਣ ਕਿਉਂਕਿ ਟਿਕਟ ਮਿਲ ਗਈ ਆ, ਤਾਂ ਹੁਣ ਤਾਂ ਉਹਨਾਂ ਨੂੰ ਜਾਣਾ ਹੀ ਪੈਣਾ ਮਹੱਲੇ ਮਹੱਲੇ, ਅਤੇ ਹੁਣ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਆ ਉਹ ਮਹੱਲਿਆਂ 'ਚ ਘੁੰਮ ਰਹੀ ਆ। ਚੰਨੀ ਸਾਹਿਬ ਲਗਾਤਾਰ ਪ੍ਰਚਾਰ ਕਰਦੇ ਪਏ, ਇੱਕ ਵੱਡੀ ਜਿੱਤ ਹਾਸਿਲ ਹੋਈ ਚੰਨੀ ਸਾਹਿਬ ਦੀ। ਦੇਖੋ ਉਸ ਵੇਲੇ ਮੁੱਦੇ ਕੁਛ ਹੋਰ ਸੀ, ਉਸ ਵੇਲੇ ਜਿਹੜੇ ਆ ਦੇਸ਼ ਵਿੱਚ ਮੁੱਦੇ ਅਲੱਗ ਸੀ, ਕੌਂਸਟੀਟਿਊਸ਼ਨ ਦਾ ਮੁੱਦਾ ਸੀ, ਮਾਈਨੋਰਟੀਜ਼ ਦੇ ਅੰਦਰ, ਦਲਿਤਾਂ ਦੇ ਅੰਦਰ, ਕਿਸਾਨਾਂ ਦੇ ਅੰਦਰ ਡਰ ਸੀ BJP ਦਾ। BJP ਨੂੰ ਹਰਾਉਣ ਲਈ ਇਹ ਸਾਰੇ ਸੈਕਸ਼ਨ ਵਰਗ ਇਕੱਠੇ ਹੋ ਗਏ, ਅਤੇ ਇਸ ਕਰਕੇ ਕਾਂਗਰਸ ਨੂੰ ਜਿੱਤ ਹਾਸਿਲ ਹੋਈ ਹੈ। ਕੋਈ ਗੱਲ ਨਹੀਂ, ਉਹ ਵੀ ਠਹਿਰ ਜੋ 6 ਮਹੀਨੇ। ਪਰ ਚੰਨੀ ਸਾਹਿਬ ਦਾ ਇੱਕ ਬਿਆਨ ਬੜਾ ਚੱਲਦਾ ਹੈਗਾ, ਕਹਿੰਦੇ ਕਿ ਜਿਹੜਾ ਆਮ ਆਦਮੀ ਪਾਰਟੀ ਨੇ ਉਮੀਦਵਾਰ ਉਤਾਰਿਆ ਹੈਗਾ ਵਾ, ਇਹ ਤਾਂ ਕਹਿੰਦੇ ਕਿ ਹੋਮੋਪੈਥੀ ਦੀ ਗੋਲੀ ਹੁੰਦੀ ਨਾ, ਉਹ ਚੀਜ਼ ਹੈ, ਇਹ ਬਾਅਦ 'ਚੋਂ ਕੰਮ ਵੀ ਨਹੀਂ ਆਉਣੀ ਹੈਗੀ, ਨਾ ਕਿਸੇ ਕੰਮ ਰਹਿਣੀ ਹੈ। ਚੰਨੀ ਸਾਹਿਬ ਨੂੰ ਪੁੱਛੋ ਬਈ ਤੁਸੀਂ ਕਿਹੜੀ ਗੋਲੀ ਆ, ਤੁਸੀਂ ਆਪਦੇ 2 ਹਲਕਿਆਂ ਵਿੱਚੋਂ ਹਾਰ ਗਏ ਸੀ, ਜਮਾਨਤ ਜ਼ਬਤ ਹੋਈ ਸੀ ਭਦੌੜ ਤੋਂ ਅਤੇ ਚਮਕੌਰ ਸਾਹਿਬ ਤੋਂ, ਉੱਥੇ ਇਹਨਾਂ ਨੂੰ ਵੀ ਲੋਕ ਬਹੁਤ ਕੁਛ ਕਹਿੰਦੇ ਸੀ, ਬਹੁਤ ਕੁਛ ਕਹਿੰਦੇ ਸੀ ਇਹਨਾਂ ਨੂੰ। ਸੋ ਮਹਿੰਦਰ ਭਗਤ ਜੀ ਨਿਹਾਇਤ ਸ਼ਰੀਫ ਅਤੇ ਸਾਦੇ ਇਨਸਾਨ ਆ, ਵੱਡੀ ਗੱਲ ਕਰਪਟ ਨਹੀਂ। ਚੰਨੀ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਉਹਨਾਂ ਦੇ ਉੱਤੇ ਕਰਪਸ਼ਨ ਦਾ ਕੋਈ ਦਾਗ ਨਹੀਂ, ਨਾ ਉਹਨਾਂ ਨੇ ਕਰਪਸ਼ਨ ਕਰਨੀ ਹੈ। ਉਹਨਾਂ ਦੇ ਘਰ ਕੋਈ ਵੀ ਜਾ ਸਕਦਾ, ਕੋਈ ਧੀ ਭੈਣ ਵੀ ਉਹਨਾਂ ਦੇ ਘਰ ਜਾ ਸਕਦੀ ਹੈ, ਇੰਨੇ ਚੰਗੇ ਪੋਲੀਟੀਸ਼ੀਅਨ ਆ।
ਕੈਪਟਨ ਸਾਹਿਬ ਤੁਹਾਡੇ ਪੁਰਾਣੇ ਘਰ ਚ ਕਲੇਸ਼ ਚੱਲਦਾ ਪਿਆ ਵਾ, ਹਾਲਾਤ ਇੱਦਾਂ ਦੇ ਹੋਏ ਪਏ ਕਿ ਚਲੋ ਤੁਸੀਂ ਤਾਂ ਕਾਂਗਰਸ ਤੇ ਪਲਟਵਾਰ ਕਰਦੇ ਪਏ ਹੋ ਜਾਂ ਬੀਜੇਪੀ ਤੇ ਕਰਦੇ ਪਏ, ਉਹ ਆਪਸ ਚ ਇੱਕ ਦੂਜੇ ਤੇ ਪਲਟਵਾਰ ਕਰਦੇ ਆ, ਜਦੋਂ ਵਿਰੋਧੀ ਧਿਰ ਜਿਹੜਾ ਕੀ ਹੈ ਬਾਗੀ ਧਿਰ ਰੱਖਦਾ ਪੀਸੀ, ਉਸ ਤੋਂ ਬਾਅਦ ਦੂਜਾ ਧਿਰ ਰੱਖਦਾ ਪਿਆ ਵਾ, ਕੀ ਮਾਹੌਲ ਲੱਗਦਾ ਪਿਆ ਇਸ ਸਮੇਂ? ਬੀਬੀ ਸੁਰਿੰਦਰ ਕੌਰ ਤਾਂ, ਭਾਈ ਅੰਮ੍ਰਿਤਪਾਲ ਹੋਣੀ, ਸਿਮਰਨਜੀਤ ਸਿੰਘ ਮਾਨ, ਹੋਰ ਕਈ ਲੋਕਾਂ ਤੋਂ ਜਿਹੜੇ ਮਦਦ ਮੰਗਦੀ ਪਈ, ਇਹ ਹਾਲਾਤ ਹੋ ਚੁੱਕੇ ਹੋਏ ਆ ਅਕਾਲੀ ਦਲ ਦੇ ਕਿ ਉਮੀਦਵਾਰ ਦਰ ਦਰ ਭਟਕਦੀ ਪਈ ਹੈ, ਕਹਿੰਦੀ ਮੇਰੇ ਕੋਲ ਪੈਸੇ ਤੱਕ ਨਹੀਂ ਹੈਗੇ ਚੁਣਾਵ ਲੜਨ ਦੇ? ਭਟਕ ਗਏ ਸਾਰੇ। ਜਦੋਂ ਮੈਂ 14 ਅਪ੍ਰੈਲ ਨੂੰ ਅਕਾਲੀ ਦਲ ਨੂੰ ਛੱਡਿਆ, ਮੈਨੂੰ ਇਹ ਸਾਰਾ ਕੁਛ ਪਤਾ ਸੀ, ਮੈਨੂੰ ਪਤਾ ਸੀ ਜੋ ਹੋਣ ਵਾਲਾ, ਕਿਉਂਕਿ ਪਾਰਟੀ ਦੇ ਅੰਦਰ ਬਹੁਤ ਵੱਡੇ ਪੱਧਰ 'ਤੇ ਗੁੱਟਬੰਦੀ ਆ, ਧੜੇਬੰਦੀ ਆ, ਆਪਸ 'ਚ ਕਲੈਰਿਟੀ ਨਹੀਂ, ਆਪਸ 'ਚ ਕੋਈ ਮੇਲ ਮਿਲਾਪ ਨਹੀਂ, ਮੈਨੂੰ ਪਤਾ ਲੱਗ ਗਿਆ ਸੀ। ਅਤੇ ਨਵੀਂ ਪੀੜ੍ਹੀ ਉਹਨਾਂ ਦਾ ਬਿਲਕੁਲ ਸਹਿਯੋਗ ਨਹੀਂ ਕਰ ਰਹੀ, ਯੂਥ ਉਹਨਾਂ ਦੇ ਨਾਲ ਨਹੀਂ। ਪੰਜਾਬ ਦੇ ਲੋਕਾਂ ਨੇ, ਖਾਸ ਕਰ ਸਿੱਖਾਂ ਨੇ ਅਕਾਲੀ ਦਲ ਨੂੰ ਆਪਣੇ ਦਿਲਾਂ ਵਿੱਚੋਂ ਕੱਢ ਦਿੱਤਾ। ਪਤਾ ਨਹੀਂ ਇਹਨਾਂ ਕੋਲੋਂ ਕੀ ਗਲਤੀਆਂ ਹੋਈਆਂ, ਕੀ ਖਤਾ ਹੋ ਗਈ ਆ, ਲੋਕ ਮਾਫ਼ ਨਹੀਂ ਕਰ ਰਹੇ। ਪਰ ਇੱਕ ਸਵਾਲ ਜ਼ਰੂਰ ਮੈਂ ਐਡ ਕਰੂੰਗਾ, ਜਿੱਦਾਂ ਬੀਬੀ ਬਾਰ ਬਾਰ ਕਹਿੰਦੀ ਕਹਿੰਦੀ ਇਹ ਗਰੀਬ ਕੈਂਡੀਡੇਟ ਹੈ ਤਾਂ ਨਹੀਂ ਖੜਦੇ ਪਏ, ਇਹਦੀ ਥਾਂ 'ਤੇ ਕੋਈ ਅਮੀਰ ਹੁੰਦਾ, ਚਾਹੇ ਫੋਰ ਐਗਜ਼ਾਮਪਲ ਕਹਿੰਦੇ ਵਲਟੋਹਾ ਹੀ ਹੁੰਦਾ ਨਾ, ਅਤੇ ਉਹਦੀ ਕਦੀ ਇੱਦਾਂ ਨਾ ਕਰਦੇ, ਅੱਜ ਗਰੀਬ ਕੈਂਡੀਡੇਟ ਹੈ ਤਾਂ ਇੱਦਾਂ ਕਰਦੇ ਪਏ, ਤੁਹਾਨੂੰ ਲੱਗਦੀ ਇਹ ਚੀਜ਼ ਕਿ ਇੱਦਾਂ ਕਰਦੀ ਹੋ ਸਕਦੀ? ਚਲੋ ਮੈਂ ਮੰਨਦਾ ਉਹ ਗਰੀਬ ਕੈਂਡੀਡੇਟ ਆ, ਬੀਬੀ ਸੁਰਜੀਤ ਕੌਰ ਜੀ ਦੇ ਹਸਬੈਂਡ ਕੌਂਸਲਰ ਵੀ ਰਹੇ ਅਤੇ ਜਥੇਦਾਰ ਸੀ, ਉਹਨਾਂ ਨੇ ਜੇਲ੍ਹ ਵੀ ਕੱਟੀ, ਤਾਂ ਫਿਰ ਬੀਬੀ ਜੀ ਮਦਦ ਕਰਨ ਉਹਦੀ? ਜਿੰਨੇ ਵੱਡੇ ਵੱਡੇ ਲੀਡਰ ਆ, ਕਿਹੜੀ ਗੱਲੋਂ ਘੱਟ ਆ, ਕਰੋੜਾਂ ਅਰਬਾਂ ਪਤੀ ਆ ਸਾਰੇ ਹੀ, ਘੱਟ ਤਾਂ ਕੋਈ ਵੀ ਨਹੀਂ, ਅਤੇ ਕਰਨ ਮਦਦ। ਗੱਲ ਇਹ ਆ ਵੀ ਖਿਚੜੀ ਖਿਲਰ ਗਈ ਆ ਹੁਣ, ਅਤੇ ਹੁਣ ਕੋਈ ਫਾਇਦਾ ਨਹੀਂ, ਹੁਣ ਲੋਕਾਂ ਨੇ ਮਨਾਂ 'ਚੋਂ ਕੱਢ ਦਿੱਤਾ। ਮੈਂ ਇਹਨਾਂ ਨੂੰ ਬਹੁਤ ਸਾਰੀਆਂ ਗੱਲਾਂ 'ਤੇ ਕੋਰ ਕਮੇਟੀ 'ਚ ਕਹਿਣ ਦੀ ਗੱਲ ਕੋਸ਼ਿਸ਼ ਕੀਤੀ ਸੀ, ਪਰ ਇਹ ਕਿਸੇ ਦੀ ਗੱਲ ਨਾ ਸੁਣਨ ਨੂੰ ਤਿਆਰ ਨਹੀਂ। ਜਿਹੜੀ ਰਿਪੋਰਟ ਆਈ ਸੀਗੀ ਚੁੰਗਾ ਕਮੇਟੀ ਦੀ ਰਿਪੋਰਟ ਆਈ ਸੀਗੀ ਕੱਲ੍ਹ, ਉੱਤੇ ਪ੍ਰੈਸ ਕਾਨਫਰੰਸ ਦੀ ਥਾਂ 'ਤੇ ਜਿਹੜਾ ਕਿ ਕਰਕੇ ਗਏ ਨੇ ਵਡਾਲਾ ਸਾਹਿਬ, ਅਤੇ ਪਹਿਲਾ ਪੁਆਇੰਟ ਸੀਗਾ, ਮੁੱਖ ਪੁਆਇੰਟ ਕਹਿੰਦੇ ਆਹੀ ਸੀਗਾ ਕਿ ਜਿਹੜੀ ਲੀਡਰਸ਼ਿਪ ਹੈ ਉਹਨੂੰ ਜਿਹੜੇ ਬਦਲਣ ਦੀ ਲੋੜ ਹੈਗੀ ਹੈ, ਪਹਿਲਾ ਪੁਆਇੰਟ ਸੀਗਾ। ਤੁਸੀਂ ਵੀ ਉਸ ਵੇਲੇ ਨਾਲ ਹੋਵੋਗੇ ਕਿ ਉਦੋਂ ਇਸ ਚੀਜ਼ ਦੀ ਮੰਗ ਉੱਠੀ ਸੀਗੀ ਕਿ ਲੀਡਰਸ਼ਿਪ ਨੂੰ ਬਦਲਣ ਦੀ ਲੋੜ ਹੈਗੀ ਹੈ, ਅਤੇ ਕਹਿੰਦੇ ਸਾਰੇ ਦੇ ਸਾਈਨ ਹੋਏ ਸੀ ਉਦੋਂ, ਹੁਣ ਕਿਉਂ ਬੋਲਦੇ ਆ? ਉਦੋਂ ਬੋਲਦੇ, ਮੀਟਿੰਗ ਦੇ ਅੰਦਰ ਤਾਂ ਰਵੱਈਆ ਕੁਛ ਹੋਰ ਹੁੰਦਾ, ਜਦੋਂ ਸਾਰੇ ਸਾਹਮਣੇ ਬੈਠੇ ਹੁੰਦੇ ਆ ਉਦੋਂ ਤਾਰੀਫਾਂ ਕਰਦੇ ਨਹੀਂ, ਥੱਕਦੇ, ਬਾਹਰ ਆਣ ਕੇ ਹੋਰ ਬਿਆਨ ਦਿੰਦੇ ਆ, ਇਹ ਗਲਤ ਹੈ, ਡਬਲ ਚਿਹਰਾ ਨਹੀਂ ਚਾਹੀਦਾ। ਸੋ ਇਸ ਕਰਕੇ ਇਹ ਹੁਣ ਇਹਨਾਂ ਦਾ ਆਪਣਾ ਮਾਮਲਾ ਹੈ, ਮੇਰਾ ਦਖਲ ਦੇਣਾ ਬਣਦਾ ਨਹੀਂ। ਹੁਣ ਗੱਲ ਬੀਤ ਗਈ, ਹੁਣ ਗੌਨ ਕੇਸ ਆ ਅਕਾਲੀ ਦਲ, ਇਸੇ ਕਰਕੇ ਕਦੀ ਕਿਸੇ ਵੱਲ ਕੀ ਕਹਿੰਦੇ ਦੇਖਦੇ ਆ, ਕਦੀ ਕਿਸੇ ਵੱਲ ਦੇਖਦੇ ਆ। ਗਲਤ ਫੈਸਲੇ ਲਏ ਇਹਨਾਂ ਨੇ, ਫੈਸਲੇ ਲੈਣ ਵਿੱਚ ਚੂਕ ਹੋਈ ਹੈ। ਕਈ ਵਾਰੀ ਤੁਸੀਂ ਟਾਈਮ ਸਿਰ ਕੋਈ ਫੈਸਲਾ ਨਾ ਲਓ ਤੇ ਤੁਸੀਂ ਬਹੁਤ ਦੂਰ ਚਲੇ ਜਾਂਦੇ। ਕਈ ਵਾਰੀ ਨਾ ਮੋਟਰਵੇ ਤੇ GT ਰੋਡ ਤੇ ਤੁਸੀਂ ਜਿਹੜਾ ਮੋੜ ਮੁੜਨਾ ਹੁੰਦਾ, ਜੇ ਨਾ ਮੁੜੋ ਤਾਂ ਫਿਰ ਤੁਹਾਨੂੰ ਕਈ ਕਿਲੋਮੀਟਰ ਅੱਗੇ ਜਾਣਾ ਪੈਂਦਾ। ਹੁਣ ਉਹ ਹੋ ਰਹੀ ਇਹਨਾਂ ਨਾਲ, ਲੱਗਦਾ ਕਿ ਭਵਿੱਖ ਹੈ ਹੁਣ ਬਚੂ ਅਕਾਲੀ ਦਲ 'ਚ? ਦੇਖੋ ਮੈਂ ਕੋਈ ਭਵਿੱਖ, ਮੈਂ ਕੋਈ ਜੋਸ਼ੀ ਤਾਂ ਹੈ ਨਹੀਂ, ਦੱਸ ਨਹੀਂ ਸਕਦਾ ਕਿਸੇ ਦਾ ਭਵਿੱਖ, ਮੈਂ ਤਾਂ ਆਪਣਾ ਨਹੀਂ ਦੱਸ ਸਕਦਾ। ਪਰ ਹੁਣ ਗੱਲ ਪਿੱਛੇ ਬਹੁਤ ਚੱਲੀ, ਜਿੰਨੀ ਲੀਡਰਸ਼ਿਪ ਆ ਲੋਕਾਂ ਦਾ ਵਿਸ਼ਵਾਸ ਨਹੀਂ ਹੁਣ ਹਾਸਲ ਕਰ ਪਾ ਰਹੇ। ਮੈਂ ਤਾਂ ਇਹੀ ਕਹੂੰਗਾ
ਮੈਂ ਤਾਂ ਭਾਈ 16 ਸਾਲ ਕੰਮ ਕੀਤਾ, ਜਿੰਨੀ ਬੀਤੀ ਸੋਹਣੀ ਬੀਤੀ, ਇੱਕ ਦੂਜੇ ਦੀ ਗੱਲ ਨਹੀਂ ਕੀਤੀ, ਤੇ ਹੁਣ ਇਹ ਆਪਣਾ ਘਰ ਸਾਂਭ। ਬਹੁਤ ਬਹੁਤ ਸ਼ੁਕਰੀਆ। ਤੇ ਸਾਡੇ ਨਾਲ ਪਵਨ ਕੁਮਾਰ ਟੀਨੂ ਜੀ ਮੌਜੂਦ ਸੀ, ਜਿਨ੍ਹਾਂ ਨੇ ਕਾਂਗਰਸ 'ਤੇ ਵੀ ਗੱਲ ਕੀਤੀ ਅਤੇ ਖਾਸ ਕਰਕੇ ਅਕਾਲੀ ਦਲ 'ਤੇ ਵੀ ਗੱਲਬਾਤ ਹੋਈ। ਉਹ ਕਹਿੰਦੇ ਕਿ ਹੁਣ ਟਾਈਮ ਬੀਤ ਚੁੱਕਾ ਵਾ, ਇੱਕ ਸਮਾਂ ਹੁੰਦਾ ਹਰ ਇੱਕ ਚੀਜ਼ ਦਾ, ਜਿਸ ਵੇਲੇ ਉਹ ਚੀਜ਼ ਹੋ ਜਾਂਦੀ ਤਾਂ ਅੱਜ ਸ਼ਾਇਦ ਹਾਲਤ ਕੁਛ ਹੋਰ ਹੋਣੀ ਸੀ। ਕੈਮਰਾਮੈਨ ਅਜੇ ਦੇ ਨਾਲ ਮੈਂ ਰਾਘਵ ਜੈਨ, ਨਿਊਜ਼ 18 ਪੰਜਾਬ, ਜਲੰਧਰ।